Hai, Doamne, 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 ਮੈਂ ਜੁੜੀ ਮੂਹਰੇ ਉੱਤੇ ਲੈ ਵੀ ਆਹ ਪਟਿਆਲੇ ਦੇ ਵਿੱਚ
ਅੱਜ ਦੇ ਨਵੇਂ ਸਮੇਂ ਦੇ ਵਿੱਚ ਆਹ ਕੁਛ ਹੋਣ ਲੱਗਿਆ ਕੋਈ ਗੱਲ ਕੀ ਹੋਈ ਹੈ ਕਿ ਅਸੀਂ ਘੁੰਮਦੇ ਘੁੰਮਦੇ ਘੁੰਮਾਉਂਦੇ ਪਤਾ ਲੱਗਿਆ ਵੀ ਉਸ ਘਰ ਦੇ ਵਿੱਚ ਜਾ ਵੜੇ ਜਿਹਨਾਂ ਨੇ ਤਾਰਾ ਕੀਤਾ ਸੀ ਜਿਹੜੀ ਕੁੜੀ ਨੇ ਕੁੜੀ ਜੰਮੀ ਸੀ ਉਹਨਾਂ ਦੇ ਘਰ ਜਾ ਤੁਹਾਡਾ ਬੇੜਾ ਬਹਿ ਗਿਆ ਆਹ ਕੰਮ ਤੁਸੀਂ ਕਰਨ ਲੱਗੇ ਹੋ ਕੁੜੀਆਂ ਤੁਸੀਂ ਕਹਿੰਦੇ ਹੋ ਵੀ ਸਾਡੇ ਸਿੱਖਾਂ ਦੇ ਉੱਤੇ ਜ਼ੁਲਮ ਹੁੰਦਾ ਤੇ ਤੁਸੀਂ ਤਾਂ ਸਭ ਤੋਂ ਜ਼ਾਲਮ ਹੋ ਗਏ ਨਿਰਦੋਸ਼ ਨੂੰ ਮਾਰਨ ਲੱਗ ਗਏ ਨਿਰਦੋਸ਼ ਬੱਚੀ ਨੂੰ ਉਹਨੂੰ ਚੱਕ ਕੇ ਹੱਡਾ ਰੋਲੀ ਸਿੱਟੇ ਤੁਸੀਂ ਜੰਮਦੀ ਨੂੰ ਤੇ ਉਹ ਕੁੜੀ ਕਹਿੰਦੀ ਜਿਹਨੇ ਕੁੜੀ ਜੰਮੀ ਸੀ ਕਹਿੰਦੀ ਮੈਂ ਸਿੱਟ ਕੇ ਆਈ ਹਾਂ ਕਹਿੰਦੀ ਮੇਰੀ ਪਹਿਲਾਂ ਪਿੱਠ ਦੇ ਕੀ ਜਿਹੜੀ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਉਹਦੇ ਘਰ ਵਾਲਾ ਉਹਦੀ ਪਿੱਠ ਸਿਰ ਦੇ ਨੀਲ ਪਾ ਲਵੇ ਤੁਸੀਂ ਦੱਸੋ ਵੀ ਉਸ ਬੰਦੇ ਦੀ ਮੱਤ ਕੀ ਹੁੰਦੀ ਹੋਵੇ ਮਾਂ ਜੰਮਣ ਵਾਲੀ ਨੂੰ ਜਿਹਨੇ ਬੱਚੇ ਨੂੰ ਜਨਮ ਦੇਣਾ ਉਹਦੀ ਕਿੰਨੀ ਸੇਵਾ ਹੁੰਦੀ ਕਿੰਨਾ ਕੁ ਉਹਦਾ ਤਨ ਨਰਮ ਹੋਇਆ ਹੁੰਦਾ ਹੈ ਉਹਦੀ ਹਾਲਤ ਕੀ ਹੁੰਦੀ ਉਹਦੇ ਘਰ ਵਾਲੇ ਨੇ ਪੁੱਛਿਆ ਕਹਿੰਦੇ ਉਹਦੇ ਕੁੜੀਆਂ ਪਹਿਲਾਂ ਸੀ ਤੇ ਚੌਥੀ ਹੋ ਗਈ ਘਰ ਵਾਲਾ ਕਹਿੰਦਾ ਵੀ ਜੇ ਚੌਥੀ ਕੁੜੀ ਜਨਮ ਦੇ ਤਨ ਨਾਲੇ ਤੈਨੂੰ ਨਾਲੇ ਤਿੰਨਾਂ ਕੁੜੀਆਂ ਨੂੰ ਨਾਲੇ ਨਵੀਂ ਜਨਮੀ ਨੂੰ ਮੈਂ ਸਾਰਿਆਂ ਨੂੰ ਮਾਰ ਦਿੰਦਾ ਤੁਸੀਂ ਦੱਸੋ ਵੀ ਆਪਾਂ ਸਿੱਖ ਹਾਂ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਆਪਣੇ ਹੁਕਮਨਾਮਾ ਨਿਕਲਿਆ ਰਹਿਤਨਾਮਿਆਂ ਦੇ ਵਿੱਚ ਕੁੜੀ ਮਾਰ ਨੜੀ ਮਾਰ ਸਿਰ ਗੁੰਮ ਇਹਨਾਂ ਨਾਲ ਰੋਟੀ ਤੇ ਬੇਟੀ ਦਾ ਸਾਡਾ ਰਿਸ਼ਤਾ ਨਹੀਂ ਕੁੜੀ ਮਾਰ ਜਿਹੜਾ ਕੁੜੀ ਮਾਰਦਾ ਉਹ ਪਾਪੀ ਕਾਤਲ ਹੈ ਨੜੀ ਮਾਰ ਜਿਹੜਾ ਤਬਾਕੂ ਪੀਂਦਾ ਸਿਰ ਗੁੰਮ ਜਿਹਦੇ ਕੇਸ ਨਾ ਹੋਣ ਸਿਰ ਤੇ ਉਹਨਾਂ ਨਾਲ ਰੋਟੀ ਪਿੱਟੀ ਜਿਹੜਾ ਹੈ ਰੋਟੀ ਬੇਟੀ ਦੀ ਸਾਂਝ ਸਿੱਖ ਨੂੰ ਰੱਖਣ ਦਾ ਹੁਕਮ ਨਹੀਂ ਇਹੋ ਜਿਹੇ ਕੰਮ ਅਸੀਂ ਸਿੱਖ ਕਰਦੇ ਹਾਂ ਫਿਰ ਬਠਿੰਡੇ ਦੇ ਵਿੱਚ ਇੱਕ ਕੇਸ ਆਇਆ ਡਾਕਟਰ ਸਾਹਿਬ ਕਹਿੰਦੇ ਬਠਿੰਡੇ ਦੇ ਵਿੱਚ ਕੇਸ ਆਇਆ ਉਹਨਾਂ ਨੇ ਨਵੀਂ ਜੰਮੀ ਕੁੜੀ ਨੂੰ ਆਪਾਂ ਸ਼ਹਿਦ ਦੀਆਂ ਮੱਖੀਆਂ ਪਾਲਦੇ ਹਾਂ ਸ਼ਹਿਦ ਦੀਆਂ ਮੱਖੀਆਂ ਦਾ ਡੱਬਾ ਜਿਹੜਾ ਨਵੀਂ ਜੰਮੀ ਬੱਚੀ ਨੂੰ ਸ਼ਹਿਦ ਦੇ ਮੱਖੀਆਂ ਦੇ ਡੱਬੇ ਦੇ ਵਿੱਚ ਪਾ ਦਿੱਤਾ ਸਾਰੇ ਪਿੰਡ ਨੇ ਉਸ ਕੁੜੀ ਦੀਆਂ ਲੇਰਾਂ ਸੁਣੀਆਂ 3 ਘੰਟੇ ਉਹ ਕੁੜੀ ਤੜਫਦੀ ਗਈ ਤੇ ਉਸ ਕੁੜੀ ਨੂੰ ਕੋਈ ਮਾਈ ਦਾ ਲਾਲ ਸਾਰੇ ਪਿੰਡ ਦੇ ਵਿੱਚੋਂ ਬਚਾਉਂਦਾ ਇਹ ਸਿੱਖਾਂ ਦਾ ਕੰਮ ਹੈ ਆਪਾਂ ਗੁਰਦੁਆਰੇ ਮੱਥਾ ਟੇਕਦੇ ਹਾਂ ਜਾ ਕੇ ਪਾਣੀ ਪੜ੍ਹਦੇ ਹਾਂ ਪਸ਼ੂ ਵੀ ਇਹਦੇ ਨਾਲੋਂ ਚੰਗੇ ਨੇ ਪਸ਼ੂਆਂ ਨਾਲੋਂ ਵੀ ਸਾਡੀ ਮੱਤ ਚੱਲੇਗੀ ਇਸ ਕਰਕੇ ਸਤਿਗੁਰੂ ਨੇ ਬਚਨ ਵਾਪਿਆ ਹੈ ਕਿ ਕਲਮੈ ਕੋਰ ਅੰਧਾਰ ਹੈ ਅੰਧੇਰੇ ਰਾਹ ਨਾ ਕੋਈ ਜਿਹੜੇ ਬੰਦੇ ਨੇ ਕਲਯੁਗ ਪਹਿਲਾਂ ਹੀ ਹਨੇਰਾ ਹੈ ਜਿਹੜੇ ਬੰਦੇ ਨੇ ਗੁਰੂ ਛੱਡ ਦਿੱਤਾ ਉਹਦੇ ਖਾਤਰ ਰਸਤਾ ਬਚਿਆ ਹੀ ਨਹੀਂ ਕੋਈ ਉਹ ਇਹੋ ਜਿਹੇ ਕੰਮ ਕਰਦਾ ਨਾਮ ਦਾ ਜਪ ਹੈ ਤੇ ਆਤਮ ਘਾਤੀ ਉਹਦਾ ਅੰਦਰ ਮਰ ਗਿਆ ਹੁੰਦਾ ਮਰਿਆ ਹੋਇਆ ਬੰਦਾ ਜੀਵਨ ਦੀ ਲਾਸ਼ ਕਰਦਾ ਹੁੰਦਾ ਜਿਹਦੇ ਨਾਮ ਦੇ ਆਪਣਾ ਛੱਡ ਦਿੱਤਾ ਗੁਰੂ ਛੱਡ ਦਿੱਤਾ ਹੈ ਉਹ ਜਿਉਂਦਾ ਨਹੀਂ ਹੈ ਜਿਹਦੀ ਜ਼ਮੀਰ ਮਰ ਗਈ ਉਹ ਬੰਦਾ ਜਿਉਂਦਾ ਨਹੀਂ ਉਹ ਤੁਰੀ ਹੋਈ ਲਾਸ਼ ਕਰਦਾ ਲਾਸ਼ ਫਿਰ ਦੇਖੋ ਅੱਜ ਦਾ ਸਮਾਂ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਵਿਦਿਆਵਾਨ ਪੜ੍ਹਿਆ ਲਿਖਿਆ ਦਾ ਸਮਾਂ ਜਿਹੜੀ ਇਸਤਰੀ ਹੈ ਇਸਤਰੀ ਦੇ ਰਕਤ ਦੇ ਵਿੱਚ ਐਕਸ ਕ੍ਰੋਮੋਸੋਮ ਹੁੰਦੇ ਨੇ ਜਿਹੜਾ ਬੰਦਾ ਮਨੁੱਖ ਹੈ ਉਹਦੇ ਵਿੱਚ ਐਕਸ ਤੇ ਵਾਈ 2 ਕ੍ਰੋਮੋਸੋਮ ਹੁੰਦੇ ਇਹਨਾਂ ਦੋਵਾਂ ਦੇ ਮੇਲ ਦੇ ਨਾਲ ਕੁੜੀਆਂ ਨੂੰ ਮੁੰਡਾ ਡਿਸਾਈਡ ਹੁੰਦਾ ਇਹਨੇ ਕੀ ਕਿਹੜਾ ਬੱਚਾ ਕੁੜੀ ਜਨਮੇਗੀ ਜਾਂ ਬੱਚਾ ਜਨਮੇ ਮੁੰਡਾ ਜਨਮੇ ਮਾਰਦੇ ਕੁੜੀਆਂ ਨੂੰ ਨੇ ਤੇ ਡਿਸਾਈਡ ਕਰਨ ਵਾਲਾ ਫੈਕਟਰ ਬੰਦੇ ਦੀ ਬੋਡੀ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਰਕਤ ਦੇ ਵਿੱਚ ਐਕਸ ਕ੍ਰੋਮੋਸੋਮ ਆ ਉਹ ਤਾਂ ਡਿਸਾਈਡ ਕਰ ਨਹੀਂ ਸਕਦੀਆਂ ਡਿਸਾਈਡ ਕਰਨ ਵਾਲਾ ਫੈਕਟਰ ਮੈਡੀਕਲ ਰਿਪੋਰਟ ਹੈ ਮੈਡੀਕਲ ਦੀਆਂ ਗੱਲਾਂ ਨੇ ਇਹ ਅੱਜ ਦੀ ਤੇ ਪੁਰਾਣੇ ਸਮੇਂ ਤੋਂ ਇਹ ਪ੍ਰਚਲਿਤ ਹੈ ਤੇ ਮਨੁੱਖ ਦੇ ਵਿੱਚ ਐਕਸ ਤੇ ਵਾਈ ਕ੍ਰੋਮੋਸੋਮ ਹੁੰਦੇ ਜੇ ਐਕਸ ਮਿਲ ਜਾਵੇ ਤਾਂ ਕੁੜੀ ਜਨਮ ਲੈਂਦੀ ਹੈ ਜੇ ਐਕਸ ਔਰ ਵਾਈ ਮਿਲਣ ਤਾਂ ਰਕਤ ਰਿਧ ਦੇ ਵਿੱਚੋਂ ਮੁੰਡਾ ਜਨਮ ਲੈਂਦਾ ਤੇ ਸਾਡੀ ਏਡੀ ਮਤ ਨੂੰ ਚੱਕਰ ਆਇਆ ਨਾ ਏਡੀ ਮਤ ਭੁੰਮੀ ਹੈ ਕਿ ਮੁੰਡੇ ਨੇ ਜਿਹੜੇ ਇਸ਼ਤਿਹਾਰਾਂ ਪੜ੍ਹਦੇ ਨੇ ਆ ਇੱਥੇ ਵੀ ਤੁਸੀਂ ਪੜ੍ਹਦੇ ਹੋ ਪੁੱਛਿਆ ਲੈਣ ਵਾਲੇ ਮੁੰਡਾ ਲੈ ਲਓ ਜੀ ਅਖਬਾਰਾਂ 'ਚ ਮੁੰਡੇ ਦੇਣ ਲੱਗ ਗਏ ਏਡੀ ਮਤ ਘੁੰਮ ਗਈ ਵੀ ਅਸੀਂ ਅਖਬਾਰਾਂ ਵਾਲਿਆਂ ਦੇ ਪਿੱਛੇ ਫਿਰਦੇ ਹਾਂ ਪੰਜਾਬੀ ਦੀ ਕਹਾਵਤ ਹੈ ਨੇਮ ਹਕੀਮ ਖਤਰਾ ਜਾਨ ਜਿਹੜਾ ਹਕੀਮ ਅਖਬਾਰ ਪੜ੍ਹ ਕੇ ਬਣ ਜਾਵੇ ਉਹ ਥੋੜ੍ਹੀ ਜਾਨ ਦਾ ਖਾਓ ਬਣ ਜਾਂਦਾ ਜਾਨ ਜਾਨ ਵੀ ਲੈ ਸਕਦਾ ਹੈ
ਇਹ ਨੌਜਵਾਨ ਮੁੰਡਿਆਂ ਨੇ ਕੀ ਕੀਤਾ, ਗਾਹਾਂ ਬੜੀ ਬੀਬੀਆਂ ਵੀ ਨੇ ਜਿਹੜੀਆਂ ਬਾਅਦ ਦੀ ਗੱਲ ਇਹ ਹੈ ਵੀ ਜਿਹੜੀਆਂ ਕੁੜੀਆਂ ਨੇ ਨਵੀਆਂ ਕੁੜੀਆਂ ਨਾ ਉਹ ਵਿਆਹ ਕਰਾ ਕੇ ਕਹਿੰਦੇ ਵੀ ਅਸੀਂ ਕੁੜੀਆਂ ਨੂੰ ਜਾਣ ਦੇਣਾ, ਕੁੜੀਆਂ ਹੀ ਕੁੜੀਆਂ ਨੂੰ ਮਾਰਨ ਲੱਗ ਗਈਆਂ। ਕਿਉਂ? ਕਾਰਨ ਇਹ ਦੱਸਦੇ ਨੇ ਵੀ ਸਾਡੀ ਕਿੰਨੀ ਕਦਰ ਹੁੰਦੀ ਹੈ ਘਰਾਂ ਵਿੱਚ, ਸਾਨੂੰ ਕੋਈ ਪੁੱਛਦਾ ਨਹੀਂ, ਸਾਨੂੰ ਮੁੰਡਿਆਂ ਨੂੰ ਜ਼ਿਆਦਾ ਪੁੱਛਦੇ, ਕੁੜੀਆਂ ਕੁੜੀਆਂ ਲੱਗੀਆਂ ਕਾ ਅਤੇ ਕੁੜੀਆਂ ਨੂੰ ਮਾਰ, ਕੁੜੀਆਂ ਨੂੰ ਕੁੜੀਆਂ ਹੀ ਮਾਰਨ ਲੱਗ। ਇਹ ਇਸਤਰੀ ਜਾਤ ਦਾ ਹਾਲ ਹੋਇਆ। ਆਪਾਂ ਗੁਰੂ ਨੂੰ ਵੀ ਛੱਡ ਦਿੱਤਾ, ਸਤਿਗੁਰੂ ਨੇ ਕਹਿ ਦਿੱਤਾ ਮੇਰਾ ਉਹ ਮੇਰਾ ਸਿੱਖ ਗੁਰੂ ਹਰਿਰਾਇ ਸਾਹਿਬ ਤੋਂ, ਗੁਰੂ ਨਾਨਕ ਸਾਹਿਬ ਤੋਂ ਗੱਲ ਕਰੀਓ, ਮੇਰਾ ਸਿੱਖ ਨਹੀਂ ਜਿਹੜਾ ਕੁੜੀ ਮਾਰ ਦਿੰਦਾ, ਉਹ ਸਾਡੇ ਦਰਬਾਰ ਦੇ ਵਿੱਚ ਬਣਾ ਦਿੰਦਾ। ਸੋ ਮਾਪਿਆਂ ਦੇ ਆਖੇ ਲੱਗ ਕੇ ਹਕੀਮਾਂ ਦੇ ਧੱਕੇ ਚੜ ਗਏ ਲੋਕ, ਅਤੇ ਮੁੰਡਿਆਂ ਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਵੀ ਆਹ ਜੇ ਉਸ ਪੂਰਾ ਕਰਨ ਦੇ ਤੁਹਾਡੇ ਜਿਹੜੇ ਨੇ ਮੁੰਡਾ ਹੋ ਗਏ ਤੁਹਾਡੇ। ਹੁਣ ਦੇਖੋ ਮੁੰਡੇ ਅਤੇ ਕੁੜੀ ਦਾ ਜਨਮ ਹੈ ਜਿਹੜਾ ਜਿਹੜਾ ਰੱਬ ਦੇ ਦਿਨ ਦੇ ਵਿੱਚੋਂ ਐਕਸ ਅਤੇ ਵਾਈ ਕ੍ਰੋਮੋਸੋਮ ਦਾ ਮੇਲ ਹੋਣਾ, ਉਹ ਨਾ ਇਸਤਰੀ ਦੇ ਵੱਸ ਵਿੱਚ ਨਾ ਮਨੁੱਖ ਦੇ ਵੱਸ ਵਿੱਚ, ਉਹ ਗੁਰੂ ਦੇ ਵੱਸ ਵਿੱਚ ਅਤੇ ਅਕਾਲ ਪੁਰਖ ਦੇ ਵੱਸ ਵਿੱਚ। ਉਹ ਸਾਰੀ ਧਰਤੀ ਦਾ ਪਤਾ ਵੀ ਬੈਲੈਂਸ ਕਿਵੇਂ ਰੱਖਣਾ ਧਰਤੀ ਦੇ ਉੱਤੇ, ਕਿੰਨੇ ਮਰਦ ਜਾਣੇ ਨੇ, ਕਿੰਨੀਆਂ ਔਰਤਾਂ ਜਾਣੀਆਂ, ਕਿੰਨੀਆਂ ਰੂਹਾਂ ਧਰਤੀ ਦੇ ਉੱਤੇ ਜਾਣੀਆਂ, ਇਹ ਵਾਹਿਗੁਰੂ ਨਿਰਣਾ ਲੈਂਦਾ ਹੈ। ਅਤੇ ਮਨੁੱਖ ਵਾਹਿਗੁਰੂ ਦੇ ਨਿਰਣੇ ਨੂੰ ਪਰੇ ਸਿੱਟ ਕੇ ਆਪਣੀ ਮਰਜ਼ੀ ਕਰਨ ਲੱਗਿਆ, ਇਹਦੇ ਨਾਲ ਨਤੀਜਾ ਇਹ ਨਿਕਲਿਆ ਕਿ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਦੇਖਿਓ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਪੰਜਾਬੀ ਨੇ ਦੁਨੀਆਂ ਦਾ ਮੂੰਹ ਮਾਂਦਰਾ ਕਿਹੋ ਜਿਹਾ ਹੋਊਗਾ। ਅਤੇ ਉਹਦੇ ਨਾਲ ਇਹ ਹੋਇਆ ਜਿਹੜੇ ਦਵਾਈਆਂ ਖਾਣ ਲੱਗ ਗਏ ਉਹਨਾਂ ਦੇ ਹੀਜੜੇ ਜੰਮਣ ਲੱਗ ਗਏ, ਹੀਜੜਿਆਂ ਦੀ ਗਿਣਤੀ ਵੱਧ ਗਈ, ਹੀਜੜਿਆਂ ਦੀ ਗਿਣਤੀ ਵੱਧ ਰਹੀ ਹੈ, ਨਾ ਉਹ ਆਦਮੀ ਨਾ ਉਹ ਔਰਤ, ਇਹ ਦਵਾਈਆਂ ਖਾਣ ਦਾ ਅਸਰ ਹੋਇਆ। ਸਮਾਜ ਦੇ ਵਿੱਚ ਜੇ ਤੁਸੀਂ ਰਿਪੋਰਟ ਪੜ੍ਹੋ ਜਿਹੜੇ ਲਿਖਦੇ ਨੇ ਨਾ ਉਹ ਆਪ ਘਰਾਂ ਦੇ ਵਿੱਚ ਨੱਚਦੇ ਫਿਰਦੇ ਨੇ, ਅਤੇ ਜਦੋਂ ਮੈਂ ਰਿਪੋਰਟ ਪੜ੍ਹੀ ਉਹਨਾਂ ਹੀਜੜਿਆਂ ਦੀ, ਮੈਂ ਦੇਖੇ ਵੀ ਨੇ, ਜਦੋਂ ਹੀਜੜਾ ਮਰ ਜਾਂਦਾ ਹੈ ਉਹਨੂੰ ਦਿਨੇ ਨਹੀਂ ਸਾੜਦੇ, ਉਹਨੂੰ ਦਿਨੇ ਨਹੀਂ ਸਾੜਦੇ, ਉਹਨੂੰ ਸਾੜਦੇ ਰਾਤ ਨੂੰ ਅੱਧੀ ਰਾਤ ਡੇਢ ਵਜੇ ਉਹਦੀ ਅਰਥੀ ਲੈ ਕੇ ਜਾਂਦੇ ਨੇ, ਆਪਾਂ ਤਾਂ ਅਰਥੀ ਪਾ ਕੇ ਲੈ ਕੇ ਜਾਂਦੇ ਹਾਂ ਆਮ ਬੰਦੇ ਦੀ ਸਿਣੀ ਦੇ ਉੱਤੇ ਪਾ ਕੇ, ਉਹ ਕੀ ਕਰਦੇ ਨੇ ਲੱਤਾਂ ਉੱਤੇ ਨੂੰ ਕਰਦੇ ਨੇ, ਸਿਰ ਕਰ ਲੈਂਦੇ ਨੇ ਥੱਲੇ ਨੂੰ, ਉਹਦਾ ਜੁੱਤੀਆਂ ਮਾਰਦੇ ਲੈ ਕੇ ਜਾਂਦੇ ਨੇ ਵੀ ਹੇ ਵਾਹਿਗੁਰੂ ਮੁੜ ਕੇ ਇਸ ਬੰਦੇ ਨੂੰ ਇਸ ਇਹੋ ਜਿਹੇ ਬੰਦੇ ਨੂੰ ਧਰਤੀ 'ਤੇ ਨਾ ਭੇਜੀ, ਇੰਨੀ ਨਗਰੀ ਧਰਤੀ 'ਤੇ ਹੁੰਦੀ ਹੈ, ਇਹਨੂੰ ਮੁੜ ਕੇ ਨਾ ਇੱਥੋਂ ਭੇਜੀ, ਜਾਂ ਮਰਦੇ ਜਾਮੇ 'ਚ ਭੇਜੀ ਜਾਂ ਇਸਤਰੀ ਦੇ ਜਾਮੇ ਵਿੱਚ ਭੇਜੀ, ਦਵਾਈਆਂ ਪਾ ਕੇ ਇਹੋ ਜਿਹੇ ਇਹੋ ਜਿਹਾ ਹਾਲ ਸਾਡਾ ਹੋਣ ਲੱਗਾ। ਇਹ ਮਹਾਂਦਰਾ ਸਾਡਾ ਆਉਣ ਵਾਲੀ ਪੀੜ੍ਹੀ ਦਾ, ਕੁੜੀਆਂ ਦਾ ਮੂੰਹ ਅਸੀਂ ਨਹੀਂ ਦੇਖਣਾ ਚਾਹੁੰਦੇ, ਮੁੰਡੇ ਅਸੀਂ ਦੇਖਣਾ ਚਾਹੁੰਦੇ, ਮੁੰਡੇ ਤੁਹਾਡੇ ਕਹਿੜੇ ਨਹੀਂ ਮੰਨਦੇ, ਗੁਰਦੁਆਰਿਆਂ 'ਚ ਉਹ ਨਹੀਂ ਆਉਂਦੇ, ਬਾਣੀ ਉਹ ਨਹੀਂ ਸੁਣਦੇ। ਸੋ ਮੁੰਡੇ ਨੇ ਗਲ ਗੁੱਠਾ ਮਾਂ ਪਿਓ ਦੇ ਦਿੰਦੇ ਨੇ, ਜਾ ਕੇ ਜ਼ਮੀਨ ਨਾ ਦਖਲ ਕਰਾ ਦੇ ਨਹੀਂ ਤੈਨੂੰ ਮਾਰ ਦਿੰਦਾ, ਮੋਟਰਸਾਈਕਲਾਂ 'ਤੇ ਫਿਰਨਾ, ਮਾੜੇ ਕੰਮ ਕਰਨੇ, ਪਾਪ ਕਰਨੇ ਨੇ, ਮੁੰਡਿਆਂ ਨੂੰ ਤੁਸੀਂ ਇਹ ਦਿੰਦੇ ਹੋ। ਜਿਹੜਾ ਬੱਚਾ ਮਾਂ ਪਿਓ ਦੇ ਕਹਿਣੇ ਨਹੀਂ ਕਰਦਾ, ਗੁਰੂ ਬਾਣੀ ਨਹੀਂ ਪੜ੍ਹਦਾ, ਉਹ ਮੈਨੂੰ ਦੱਸੋ ਕੀ ਫਾਇਦਾ ਜਿਵੇਂ ਦਾ। ਧੀ ਨੂੰ ਕਹਿੰਦੇ ਨੇ ਧੀ ਜਿਹੜੀ ਅੰਨੀ ਹੋਵੇ ਉਹ ਚੰਗੀ ਹੈ ਨਲਾਇਕ ਪੁੱਤ ਦੇ ਨਾਲ, ਇਹ ਸਾਡਾ ਹੱਲ ਹੈ, ਇਹ ਰਿਪੋਰਟ ਆ ਪ੍ਰਿੰਸੀਪਲ ਨੂੰ ਜਦੋਂ ਦੱਸੋ ਵੀ ਆਪਾਂ ਸਿੱਖਾਉਣ ਦੇ ਲਾਇਕ ਹਾਂ, ਰੋਜ਼ ਰੋਜ਼ ਆਪਾਂ ਬਾਹਾਂ ਉੱਚੀਆਂ ਕਰਕੇ ਨਾਅਰੇ ਮਾਰਦੇ ਹਾਂ ਵੀ ਸਾਡੇ ਉੱਤੇ ਇੰਨਾ ਜ਼ੁਲਮ ਹੋਇਆ, 84 ਦਾ ਇੰਨਾ ਜ਼ੁਲਮ ਹੋਇਆ, ਅਤੇ ਅਸੀਂ ਆਪਣੇ ਘਰਾਂ ਦੇ ਵਿੱਚ ਆਹ ਕੰਮ ਕਰ ਰਹੇ ਹਾਂ, ਏਡਾ ਪਾਪ, ਏਡਾ ਦੁਖਾਂਤ, ਏਡੀ ਜ਼ਮੀਰ ਮਰੀ ਹੋਈ ਸਾਡੀ, ਫਿਰ ਅਸੀਂ ਆ ਕੇ ਗੁਰੂ ਨੂੰ ਮੱਥਾ ਟੇਕਦੇ ਹਾਂ, ਗੁਰੂ ਸਾਹਿਬ ਕਿਵੇਂ ਬਖਸ਼ੂ। ਸੰਤ ਪਾਪੀ ਪਾਪ ਕਰ ਜਾ, ਪਾਪੀ ਨੇ ਜਿਹੜੇ ਉਹਨਾਂ ਦਾ ਪਾਪੀ ਘਰ, ਮਹਾਰਾਜ ਕਹਿੰਦੇ ਨੇ ਇੱਕ ਪਾਪ ਕਰ ਲਈਏ ਨਾ। ਬਾਬਾ ਫਰੀਦ ਸਾਹਿਬ ਨੇ ਦੇਖੋ ਕਿਹੋ ਜਿਹੀ ਉਦਾਹਰਨ ਦਿੱਤੀ ਹੈ, ਕਹਿੰਦੇ ਦਰ ਦਰਵਾਜ਼ੇ ਜਾਏਗਾ ਕਿਉਂ ਡਿੱਠੋ ਘੜਿਆਲ, ਕਦੇ ਮੰਦਰਾਂ 'ਚ ਗਏ ਹੋ, ਮੰਦਰਾਂ ਜਾ ਕੇ ਘੜਿਆਲ ਉੱਠਾ ਘੰਟਾ ਵੱਜਦਾ ਜਿਹੜਾ, ਉਹ ਨਿਰਦੋਸਾ ਮਾਰੀਆ ਹਾਂ ਦੋਸਾਂ ਕਾ ਗਿਆ ਹਾਂ, ਉਹਦੇ ਡੰਡੇ ਵੱਜਦੇ ਨੇ, ਉਹ ਨਿਰਦੋਸ਼ ਆ, ਘੜਿਆਲ ਨੇ ਕੀ ਦੋਸ਼ ਕੀਤਾ, ਜਿਹੜੇ ਦੋਸ਼ ਕਰਨ ਵਾਲੇ ਨੇ ਪਾਪ ਕਰਨ ਵਾਲੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ। ਉਸ ਨਿਰਦੋਸ਼ੇ ਦੇ ਇੰਨੇ ਡੰਡੇ ਇਸ ਦੁਨੀਆਂ ਦੇ ਵਿੱਚ ਵੱਜਦੇ ਨੇ ਕਿ
ਜਿਹੜਾ ਬੰਦਾ ਪਾਪ ਕਰਦਾ ਉਹਦਾ ਹਾਲ ਕੀ ਹੋਵੇਗਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ। ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਨਾਮਦੇਵ ਜੀ ਦੀ ਬਾਣੀ ਰਾਹੀਂ ਵਚਨ ਆਇਆ, ਪਾਪੀ ਕਾ ਘਰ ਅਗਨੇ ਮਾਲੇ ਜੰਤਰ ਹੈ ਮਿਟਦਾ ਕਬ ਨਾਲ। ਜਿਹੜਾ ਬੰਦਾ ਪਾਪ ਕਰਦਾ ਉਹ ਉਹਦਾ ਘਰ ਅਗਲੇ ਧਿਰ ਦਾ ਅਗਲੇ ਧਿਰ ਪਤੀਲੇ ਕੜਾਹੀਆਂ ਇਹ ਰਹਿੰਦੀਆਂ ਨੇ, ਉਹਦਾ ਹਾਲ ਕੀ ਹੁੰਦਾ। ਜਿਹੜੀ ਚੀਜ਼ ਉਹਨਾਂ ਦੇ ਨਾਲ ਲੱਗੀ ਉਹ ਵੀ ਉਬਲਦੀ ਹੈ, ਆਪ ਤਾਂ ਸੜਨਾ ਹੀ ਸੜਨਾ, ਜਿਹੜੀ ਚੀਜ਼ ਨਾਲ ਪਾਣੀ ਪਾ ਦਿਓ ਸਬਜ਼ੀ ਪਾ ਦਿਓ ਉਹ ਵੀ ਉਬਲੀ। ਪਾਪੀ ਦੇ ਨੇੜੇ ਰਹਿਣ ਵਾਲਾ ਵੀ ਸ਼ਾਂਤ ਨਹੀਂ ਰਹਿ ਸਕਦਾ, ਉਹਨੇ ਆਪ ਤਾਂ ਸ਼ਾਂਤ ਕੀ ਰਹਿਣਾ। ਸੋ ਇਸ ਕਰਕੇ ਇਹ ਵੱਡੇ ਵਿਚਾਰ ਦੀ ਗੱਲ ਹੈ, ਆਪਾਂ ਹੁਣੇ ਜੀਵਨ ਸੁਣ ਕੇ ਹਟਿਆ। ਗੁਰੂ ਨਾਨਕ ਬੜਾ ਸੋਹਣਾ ਕੀਰਤਨ ਕੀਤਾ ਕਿ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਇਸ ਜਨ ਗੁਰੂ ਨੂੰ ਦਿੱਖ ਨਹੀਂ ਆਵੇ। ਜਿਹੜਾ ਬੰਦਾ ਕੀਰਤਨ ਸੁਣਦਾ ਕੀਰਤਨ ਗਾਉਂਦਾ ਉਹਦੇ ਨੇੜੇ ਦੁੱਖ ਨਹੀਂ ਆ ਸਕਦਾ। ਅਤੇ ਆਪਾਂ ਕੀਰਤਨ ਸੁਣਦੇ ਨਹੀਂ, ਕੀਰਤਨ ਗਾਉਂਦੇ ਨਹੀਂ, ਬਾਣੀ ਪੜ੍ਹਦੇ ਨਹੀਂ, ਬਾਣੀ ਸੁਣਦੇ ਨਹੀਂ, ਅਤੇ ਅਸੀਂ ਸੱਦਾ ਦਿੰਦੇ ਹਾਂ ਦੁੱਖਾਂ ਨੂੰ ਸੱਦਾ ਦਿੰਦੇ ਵੀ ਆ ਜਾਓ, ਅਸੀਂ ਵਿਹਲੇ ਬੈਠੇ ਹਾਂ ਅਸੀਂ ਸੁੱਖੀ ਬਹੁਤ ਨਾ ਸਾਡੇ ਕੋਲ ਆ ਜਾਓ, ਦੁੱਖ ਆ ਜਾਓ, ਦੁੱਖਾਂ ਨੂੰ ਤਾਂ ਆਪ ਸੱਦਾ ਦਿੰਦੇ ਹਾਂ ਸਾਨੂੰ। ਸੋ ਆਪਣਾ ਮੂੰਹ ਮਹਾਂਦਰਾ ਜਿਹੜਾ ਆਉਣ ਵਾਲਾ ਸਮਾਂ ਹੈ ਉਹਨੂੰ ਜੇ ਆਪਾਂ ਚੰਗਾ ਬਣਾਉਣਾ ਚਾਹੁੰਦੇ ਹਾਂ ਤਾਂ ਗੁਰੂ ਹੈ, ਗੁਰੂ ਦੀ ਗੱਲ ਨੂੰ ਸਮਝਣਾ ਬਹੁਤ ਕਠਿਨ ਹੈ। ਜਿਹੜੇ ਪੁਰਾਣੇ ਬੰਦੇ ਨੇ ਨਾ ਪੁਰਾਣੇ, ਉਹਨਾਂ ਨੇ ਗੁਰੂ ਦੀ ਗੱਲ ਨੂੰ ਸਮਝਣ ਦੇ ਲਈ ਬੜੇ ਉਪਦੇਸ਼ ਦਿੱਤੇ ਹਨ। ਮਹਾਤਮਾ ਬੁੱਧ 2500 ਸਾਲ ਪਹਿਲਾਂ ਹੋਏ, ਦੇਖੋ ਕਿੰਨੀ ਸੋਹਣੀ ਸਾਖੀ ਹੈ। ਉਹਨਾਂ ਦੇ ਵੇਲੇ ਨਾਗ ਸਾਹਿਬ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਵਿਵਾਦ ਹੋਇਆ ਤੇ ਪੰਜਾਬ ਦੇ ਉੱਤੇ ਰਾਜਾ ਉਦੋਂ ਰਾਜ ਕਰਦਾ ਸੀ ਰਾਜਾ ਮਲਿੰਦ। ਉਹਨੇ ਸੁਨੇਹਾ ਭੇਜਿਆ ਅਸਾਮ ਦੇ ਵਿੱਚ ਪ੍ਰਤਾਪਪੁਰ ਚਾਰ ਦੇ ਵਿੱਚ ਗਿਆ ਹੋਇਆ ਸੀ ਰਾਜਾ ਜਿਹੜਾ ਸੀ ਨਾਗ ਸਾਹਿਬ, ਉਹਨੇ ਸੁਨੇਹਾ ਭੇਜਿਆ ਵੀ ਮੈਨੂੰ ਆ ਕੇ ਮਿਲ। ਤਾਂ ਨਾਗ ਸਾਹਿਬ ਨੇ ਜਵਾਬ ਦਿੱਤਾ ਕਿ ਇਸ ਵੇਲੇ ਮੈਂ ਪ੍ਰਚਾਰ ਦੇ ਵਿੱਚ ਬਿਜੀ ਹਾਂ। ਰਾਜੇ ਨੇ ਜਵਾਬ ਦਿੱਤਾ, ਐਡੇ ਵੱਡੇ ਦਰਬਾਰ ਨੇ, ਮੈਂ ਪ੍ਰਚਾਰ ਦੇ ਵਿੱਚ ਬਿਜੀ ਹਾਂ, ਮੇਰੇ ਕੋਲ ਸਿਰਫ 4 ਮਹੀਨੇ ਹੁੰਦੇ ਨੇ, ਮੀਂਹ ਵਾਲੇ ਚਮਾਸਾ ਜੀ ਹੁੰਦੇ ਨੇ, ਉਹਨਾਂ ਦਿਨਾਂ 'ਚ ਮੈਂ ਤੇਰੇ ਕੋਲ ਆ ਸਕਦਾ। ਰਾਜਾ ਮਲਿੰਦ ਕਹਿੰਦਾ ਜਿਹੜੇ ਦਿਨ ਜਿਹੜੇ ਦਿਨਾਂ 'ਚ ਤੂੰ ਜਾਣੇ ਉਹਨਾਂ ਦਿਨਾਂ ਦੇ ਵਿੱਚ ਆ ਜਾ, ਪਰ ਮੈਨੂੰ ਦਰਸ਼ਨ ਜ਼ਰੂਰ ਦੇ। ਰਾਜਾ ਮਲਿੰਦ ਦੇ ਕੋਲ ਨਾਗ ਸਿੰਘ ਆਇਆ ਅਤੇ ਆ ਕੇ ਉਹਨੇ ਬੜਾ ਸਵਾਗਤ ਕੀਤਾ, ਪੰਜਾਬ ਦੇ ਵਿੱਚ ਨਾਗ ਸਿੰਘ ਦਾ ਬੜਾ ਸਵਾਗਤ ਹੋਇਆ। ਅਤੇ ਸਭਾ ਲਾ ਕੇ ਰਾਜਾ ਰੋਜ਼ ਸਭਾ ਲਾ ਕੇ ਉਹਦੇ ਸਵਾਲ ਉਹ ਸਵਾਲ ਪੁੱਛਦਾ ਹੁੰਦਾ ਸੀ ਵੀ ਧਰਮ ਮਹਾਤਮ ਬੁੱਧਾ ਕਿੱਡਾ ਵੱਡਾ ਪ੍ਰਚਾਰ ਕਰਨ ਵਾਲਾ ਹੈ, ਜੇ ਕਿੱਡਾ ਵੱਡਾ ਧਰਮੀ ਮਨੁੱਖ ਹੈ ਮਹਾਤਮਾ ਬੁੱਧ ਹੋਇਆ, ਇਹ ਕਿੱਡਾ ਵੱਡਾ ਮਨੁੱਖ ਕਿਵੇਂ ਬਣ ਗਿਆ, ਧਰਮ ਬੁੱਧ ਧਰਮ ਹੈ ਕੀ ਤੋਂ ਪੁੱਛਾਂ ਤਾਂ ਸਹੀ। ਸੋ ਸਭਾ ਲਾ ਕੇ ਪੁੱਛਿਆ ਕਰੇ, ਉਹਨੇ ਪਹਿਲੇ ਦਿਨ ਸਵਾਲ ਪੁੱਛਿਆ ਨਾਗ ਸੈਨ ਨੂੰ ਕਿ ਨਾਗ ਸੈਨ ਤੂੰ ਉਹਦਾ ਸੁਣਾ ਦਾ ਮਹਾਤਮਾ ਬੁੱਧ ਦੇਖਿਆ, ਉਹਦੇ ਬਾਰੇ ਸੁਣਿਆ ਹੀ ਸੁਣਿਆ, ਤੈਨੂੰ ਕੀ ਪਤਾ ਵੀ ਮਹਾਤਮਾ ਬੁੱਧ ਹੈ ਜਾਂ ਨਹੀਂ। ਦੇਖੋ ਇਹ ਸਾਥੀ ਤੁਹਾਨੂੰ ਇਹ ਗੱਲ ਸੁਣਾਉਣ ਦਾ ਮਤਲਬ ਇਹ ਹੈ ਵੀ ਆਪਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਗੁਰਬਾਣੀ ਰਾਹੀਂ ਔਰ ਇਤਿਹਾਸ ਰਾਹੀਂ ਆਪਾਂ ਨੂੰ ਪਤਾ ਲੱਗਦਾ, ਪਰ ਪੁਰਾਣੇ ਜਿਹੜੇ ਬੰਦੇ ਨੇ ਉਹਨਾਂ ਨੇ ਕਿਵੇਂ ਆਪਣੇ ਪੀਰਾਂ ਦੇ ਕਿਵੇਂ ਮਹਾਂਪੁਰਖਾਂ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਹੀ ਤਰੀਕਾ ਸਾਡੇ ਕੋਲ ਹੈ ਸ਼ਬਦ ਰਾਹੀਂ। ਕਹਿੰਦਾ ਨਾਗ ਸਾਹਿਬ ਕਹਿੰਦਾ ਰਾਜਨ ਰਾਜਾ ਮਲਿੰਦ ਕਹਿੰਦਾ ਸੁੰਦਰ ਸੁਣਿਆ ਦੇਖਿਆ ਤੈ, ਕਹਿੰਦਾ ਹਾਂ ਜਿੱਥੇ ਤੱਕ ਦੇਖੀਏ ਸੁੰਦਰ ਏ ਸਮੁੰਦਰ ਹੁੰਦਾ, ਕਹਿੰਦਾ ਜਿੱਥੇ ਤੱਕ ਦੇਖੀਏ ਸਮੁੰਦਰ ਏ ਸਮੁੰਦਰ ਹੁੰਦਾ, ਤੇ ਕਹਿੰਦਾ ਸਮੁੰਦਰ ਹੈ ਜਿਹੜਾ ਜਦੋਂ ਗਰਮੀ ਪੈਂਦੀ ਹੈ ਤਾਂ ਨਦੀਆਂ ਨਾਲੇ ਸਾਰੇ ਸੁੱਕ ਜਾਂਦੇ ਨੇ, ਕਹਿੰਦਾ ਹਾਂ ਨਾਗ ਸਾਹਿਬ ਸਭ ਸੁੱਕ ਜਾਂਦੇ ਨੇ, ਕਹਿੰਦਾ ਸਮੁੰਦਰ 'ਤੇ ਕੋਈ ਅਸਰ ਹੁੰਦਾ, ਕਹਿੰਦਾ ਨਾ ਸਮੁੰਦਰ 'ਤੇ ਕੋਈ ਅਸਰ ਨਹੀਂ ਹੁੰਦਾ। ਕਹਿੰਦਾ ਜਦੋਂ ਮੀਂਹ ਪੈਂਦਾ ਮੀਂਹ ਪੈਣ ਲੱਗੇ ਨਦੀਆਂ ਨਾਲੇ ਹੜਾਂ ਨਾਲ ਭਰ ਭਰ ਕੇ ਸਮੁੰਦਰ ਦੇ ਵਿੱਚ ਪੈਂਦੇ ਨੇ, ਕਹਿੰਦਾ ਹਾਂ ਪੈਂਦੇ ਨੇ ਸਮੁੰਦਰ ਦੇ ਵਿੱਚ ਵੀ ਬੇਅੰਤ ਮੀਂਹ ਡਿੱਗਦਾ ਬੱਦਲਾਂ ਦੀ ਪੰਡਾਂ ਖੁੱਲ ਜਾਂਦੀਆਂ ਨੇ, ਕਹਿੰਦਾ ਹਾਂ ਖੁੱਲ ਜਾਂਦੀਆਂ ਨੇ। ਕਹਿੰਦਾ ਮੈਨੂੰ ਇਹੋ ਦੱਸ ਵੀ ਜਦੋਂ ਗਰਮੀ ਦਾ ਮਹੀਨਾ ਖੁਸ਼ਕੀ ਪੈਂਦੀ ਹੈ ਸੋਕਾ ਪੈ ਜਾਂਦਾ ਹੈ ਕਦੇ ਸਮੁੰਦਰ ਸੁੱਕਿਆ ਦੇਖਿਆ, ਕਹਿੰਦਾ ਕਦੇ ਨਹੀਂ ਦੇਖਿਆ। ਜਦੋਂ ਹੜ੍ਹ ਆਉਂਦਾ ਹੈ
ਇੰਨਾ ਪਾਣੀ ਇੰਨਾ ਸਮੁੰਦਰ ਦੇ ਵਿੱਚ ਜਾ ਕੇ ਦਰਿਆ ਡਿੱਗਦੇ ਨੇ ਜਾ ਕੇ ਕਦੇ ਸਮੁੰਦਰ ਉਛਲਿਆ ਦੇਖਿਆ? ਕਹਿੰਦਾ ਨਹੀਂ ਦੇਖਿਆ। ਕਹਿੰਦਾ ਫਿਰ ਪੰਡਿਤ ਸੀ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਹਜ਼ਾਰਾਂ ਗ੍ਰੰਥ ਲਿਖੇ ਮਹਾਤਮਾ ਬੁੱਧ ਦੀ ਨਿੰਦਿਆ ਕਰਨ ਦੇ ਲਈ। ਕੀ ਮਹਾਤਮਾ ਬੁੱਧ ਛੋਟਾ ਹੋ ਗਿਆ? ਕਹਿੰਦਾ ਨਹੀਂ, ਉਹ ਉੱਥੇ ਹੀ ਹੈ। ਕਹਿੰਦਾ ਅਸੀਂ ਬੋਧੀਆਂ ਨੇ ਲੱਖਾਂ ਗ੍ਰੰਥ ਲਿਖੇ ਮਹਾਤਮਾ ਬੁੱਧ ਦੀ ਪੁਸਤਕ ਦੇ ਵਿੱਚ, ਕੀ ਮਹਾਤਮਾ ਬੁੱਧ ਵੱਡਾ ਹੋ ਗਿਆ? ਕਹਿੰਦਾ ਨਹੀਂ ਦੱਸੇ। ਕਹਿੰਦਾ ਤੂੰ ਜਿੰਨਾ ਮਰਜ਼ੀ ਕਹੀ ਜਾ, ਮਹਾਤਮਾ ਬੁੱਧ ਨੂੰ ਦੇਖਿਆ ਨਹੀਂ। ਮੈਂ ਕਹੀ ਜਾਵਾਂ, ਮੈਂ ਦੇਖਿਆ ਮਹਾਤਮਾ ਬੁੱਧ ਦਾ ਉਪਦੇਸ਼ ਉਵੇਂ ਦਾ ਉਵੇਂ ਤਰ੍ਹਾਂ ਪਾ ਜਾ ਰਿਹਾ, ਉਹਦੇ ਉਪਦੇਸ਼ ਤੋਂ ਸਾਨੂੰ ਇਵੇਂ ਦਾਨ ਮਿਲਦਾ ਹੈ। ਵੱਡਿਆਂ ਦੀ ਉਸਤਤ ਕਰਨ ਦੇ ਨਾਲ, ਉਹ ਉਸਤਤ ਦੇ ਭੁੱਖੇ ਨਹੀਂ ਹੁੰਦੇ, ਵੱਡਿਆਂ ਦੀ ਉਸਤਤ ਕਰਨ ਨਾਲ ਸਾਡੇ ਅੰਦਰ ਗੁਣ ਆਉਂਦੇ ਨੇ। ਵੱਡਿਆਂ ਦੇ ਔਗੁਣ, ਉਹਨਾਂ ਦੀ ਨਿੰਦਿਆ ਕਰਨ ਦੇ ਨਾਲ ਮਤ ਸਾਡੀ ਖਰਾਬ ਹੁੰਦੀ ਹੈ। ਵੱਡਿਆਂ ਨੂੰ ਨਾ ਕੋਈ ਛੋਟਾ ਕਰ ਸਕਦਾ ਨਿੰਦਿਆ ਕਰਕੇ, ਵੱਡਿਆਂ ਦੀ ਸ਼ਾਮਤ ਕਰ ਵਡਿਆਈ ਕਰਕੇ ਨਾ ਉਹ ਵੱਡੇ ਹੁੰਦੇ ਨੇ। ਵਿਦਿਆ ਦੀ ਵਡਿਆਈ ਕਰਨ ਨਾਲ ਵੱਡੇ ਹੋ ਜਾਈਦਾ, ਨਿੰਦਿਆ ਕਰਨ ਨਾਲ ਆਪਣੀ ਮਤ ਕਾਲੀ ਹੋ ਜਾਂਦੀ ਹੈ, ਮਤ ਨੀਵੀਂ ਹੋ ਜਾਂਦੀ ਹੈ, ਚੰਦ ਦੇ ਉੱਤੇ ਥੁੱਕਣ ਨਾਲ ਆਪਣੇ ਆਪ ਦੇ ਉੱਤੇ ਥੁੱਕ। ਇਹ ਇਤਿਹਾਸ ਸਾਨੂੰ ਸਮਝਣ ਦਾ ਤਰੀਕਾ ਦਰਸਾਇਆ ਹੈ। ਗੁਰੂ ਨਾਨਕ ਸਾਹਿਬ ਦੇ ਦੇਖੋ ਬਚਨ ਕੈਸੇ ਹਨ, ਸਾਨੂੰ ਗੱਲ ਕਰਨ ਦਾ ਢੰਗ ਦਿਖਾਇਆ, ਸਾਨੂੰ ਉਪਦੇਸ਼ ਦਿੱਤਾ ਮਹਾਰਾਜ ਦੇ ਸ਼ਾਂਤ ਰਹਿ ਕੇ ਪਿਆਰ ਕਰਨ ਦਾ। ਮੁਸਲਮਾਨਾਂ ਦੇ ਇਲਾਕੇ ਦੇ ਵਿੱਚ ਗਏ ਨੇ ਗੁਰੂ ਸਾਹਿਬ ਜੀ, ਮੱਕੇ ਵਾਲੇ ਪਾਸੇ, ਜਿਹੜਾ ਜਿਹਦਾ ਇਰਾਨ ਹੈ, ਇਰਾਕ ਹੈ, ਬਗਦਾਦ ਹੈ, ਇੱਥੇ ਮੁਸਲਮਾਨਾਂ ਨੇ ਇਕੱਠੇ ਹੋਏ। ਜਦੋਂ ਪਹਿਲੀ ਵਾਰ ਗਏ ਨੇ ਤਾਂ ਮੁਸਲਮਾਨ ਇਕੱਠੇ ਹੋ ਕੇ ਕਹਿੰਦੇ, ਬੜਾ ਇਕੱਠ ਹੋਇਆ ਹੋਇਆ ਉੱਥੇ। ਇੱਕ ਕਾਜੀ ਉੱਠ ਕੇ ਕਹਿਣ ਲੱਗਿਆ, ਤੁਸੀਂ ਕਹਿੰਦਾ ਅੱਲਾਹ ਦੇ ਉੱਤੇ ਇਮਾਨ ਲਿਆਂਦਾ? ਗੁਰੂ ਨਾਨਕ ਸਾਹਿਬ ਨੂੰ ਇੱਕ ਸ਼ਰ੍ਹਾਂ ਦਾ ਸੜਿਆ ਹੋਇਆ ਕਾਜੀ ਕਹਿਣ ਲੱਗਾ ਵੀ ਅੱਲਾਹ ਦੇ ਉੱਤੇ ਇਮਾਨ ਲਿਆਂਦਾ। ਤੇ ਗੁਰੂ ਬਾਬਾ ਜੀ ਕਹਿਣ ਲੱਗੇ, ਕਰੋੜਾਂ ਮੀਲਾਂ ਦਾ ਪੰਧ ਚੱਲ ਕੇ ਮੈਂ ਤੁਹਾਡੇ ਕੋਲ ਆਇਆ, ਉਸ ਅੱਲਾਹ ਦੇ ਇਮਾਨ ਸਦਕੇ ਹੀ ਆਇਆ। ਕਾਜੀ ਚੁੱਪ ਕਰ ਗਿਆ। ਤੇ ਕਾਜੀ ਨੇ ਜਿਹੜੇ ਇਹ ਕਰਾਮਾਤ, ਕਾਜੀ ਮੁਲਾਣੇ ਜੇ ਕਰਾਮਾਤ ਨਾ ਦੇਖਣ, ਇਹਨਾਂ ਦੇ ਅੰਦਰ ਬੜੀ ਈਰਖਾਬਦੀ ਵੀ ਇਹ ਸਾਡੇ ਯੋਗ ਨਹੀਂ ਹੈ ਸਾਨੂੰ ਉਪਦੇਸ਼ ਦੇਣ। ਤੇ ਦੂਜਾ ਪੜ੍ਹਿਆ ਲਿਖਿਆ ਕਾਜੀ ਕਹਿਣ ਲੱਗਿਆ ਕਿ ਕੀ ਤੁਸੀਂ ਨਵੀ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਇਮਾਨ ਲਿਆਂਦਾ? ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹੋ? ਉਹਨਾਂ ਦੀ ਕਲਮਾਂ ਪੜ੍ਹਨ ਲਈ ਤਿਆਰ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਦੇਖੋ ਜਨਮ ਸਾਖੀਆਂ 'ਚ ਕੈਸਾ ਕਹਿਣ ਲੱਗੇ ਕਿ ਤੁਹਾਡਾ ਇਮਾਨ ਉਹਨਾਂ ਦੇ ਉੱਤੇ ਘੱਟ ਗਿਆ। ਖੁਦਾਵੰਦ ਕਰੀਮ ਅੱਲਾਹ ਨੇ ਮੈਨੂੰ ਤੁਹਾਡਾ ਉਹਨਾਂ ਦੇ ਉੱਤੇ ਇਮਾਨ ਦ੍ਰਿੜ ਕਰਾਉਣ ਦੇ ਲਈ ਹੀ ਇੱਥੇ ਭੇਜਿਆ। ਮੁਸਲਮਾਨ ਚੁੱਪ ਕਰ ਗਏ। ਸੋ ਇਹ ਉਪਦੇਸ਼ ਹੈ, ਠੰਡੇ ਰਹਿ ਕੇ ਗੁਰੂ ਦਾ ਉਪਦੇਸ਼ ਜਿਹਨਾਂ ਨੇ ਕਮਾਇਆ ਹੈ ਮੁਸਲਮਾਨਾਂ ਦੇ ਉੱਤੇ ਵੀ ਅਸਰ ਹੁੰਦਾ, ਮੁਸਲਮਾਨ ਵੀ ਉਸ ਗੱਲ ਨੂੰ ਮੰਨਦੇ, ਹਿੰਦੂ ਹਨ ਜਿਹੜੇ ਉਹ ਵੀ ਮੰਨਦੇ, ਅਸੀਂ ਸਿੱਖ ਹੈ ਜਿਹੜੇ ਸਾਡੀ ਮਤ ਨੂੰ ਕੀ ਹੋ ਗਿਆ, ਅਸੀਂ ਬਾਣੀ ਕਿਉਂ ਛੱਡ ਦਿੱਤੀ, ਇਤਿਹਾਸ ਪੜ੍ਹਨਾ ਸੁਣਨਾ ਕਿਉਂ ਛੱਡ ਦਿੱਤਾ? ਸੋ ਜੇ ਆਪਾਂ ਇਸ ਗੱਲ ਤੋਂ ਦੂਰ ਜਾਵਾਂਗੇ, ਮਹਾਰਾਜ ਕਹਿੰਦੇ ਨੇ ਦੇਖੋ ਕਿਹੋ ਜਿਹੇ ਪਵਿੱਤਰ ਚੇਤਾਵਨੀਆਂ ਸਾਨੂੰ ਦਿੱਤੀਆਂ। ਮਹਾਰਾਜ ਕਹਿੰਦੇ ਨੇ ਸਤਿਗੁਰ ਤੇ ਜੋ ਮੋਹ ਫਿਰੈ ਗੁਰਕਾ ਕਹਿਆ ਚਿੱਤ ਨਾ ਧਰੈ, ਕਰ ਆਚਾਰ ਬਹੁ ਸੰਕੋ ਸੰਚੈ, ਜੋ ਕਿਛ ਕਰੈ ਸੋ ਨਰਕ ਪਰ। ਸਤਿਗੁਰ ਤੇ ਜੋ ਮੋਹ ਫੇਰੇ, ਜਿਹਨੇ ਸਤਿਗੁਰ ਵੱਲ ਪਿੱਠ ਕਰ ਲਈ ਮੋਹ ਫੇਰ ਲਿਆ ਨਾ, ਗੁਰਕਾ ਕਹਿਆ ਚਿੱਤ ਨਾ ਧਰੈ, ਆਪਣੇ ਹਿਰਦੇ ਦੇ ਅੰਦਰ ਗੁਰੂ ਕੇ ਸ਼ਬਦ ਨੂੰ ਸਾਂਭੇ ਨਾ, ਗੁਰੂ ਉਪਦੇਸ਼ ਨੂੰ ਸੰਭਾਲੇ ਨਾ, ਯਾਦ ਨਾ ਕਰੇ, ਸਿਮਰਨ ਵਿੱਚ ਨਾ ਬੈਠੇ, ਸ਼ੁਕਰ ਨਾ ਕਰੇ ਆਪਣੇ ਗੁਰੂ ਦਾ। ਹਜ਼ੂਰ ਕਹਿੰਦੇ ਦੇਖੋ ਕਿੰਨੀਆਂ ਗੱਲਾਂ ਕਰੀਆਂ ਨੇ, ਕਰ ਆਚਾਰ ਬਹੁਤ ਉੱਚੇ ਜੀਵਨ ਵਾਲਾ ਬਣ ਜਾਵੇ। ਲੋਕਾਂ 'ਚ ਬੜੀ ਸੁਭਾਅ ਹੋਵੇ ਵੀ ਬੜੇ ਫਲਾਣੇ ਸਿੰਘ ਦਾ ਬੜਾ ਬੰਦਾ, ਬੜਾ ਉੱਚਾ ਜੀਵਨ ਹੈ, ਕਰ ਆਚਾਰ ਬੜਾ ਆਚਾਰਵੰਤ ਕਹਾ ਗਿਆ ਆਪਣੇ ਆਪ ਨੂੰ। ਬਹੁਤ ਸੰਭਵ ਸੰਚੈ, ਬਹੁਤ ਧਨ ਇਕੱਠਾ ਕਰ ਲਵੇ, ਜੋ ਕੁਛ ਕਰੈ ਸੋ ਨਰਕ ਪਰ। ਮੁੱਖ ਗੱਲ ਗੁਰੂ ਦਾ ਦਰਸਾਤੀ, ਜੇ ਗੁਰੂ ਵੱਲ ਮੋਹ ਨਹੀਂ ਹੈ, ਗੁਰੂ ਦੀ ਕਹੀ ਗੱਲ ਨਹੀਂ ਸਾਂਭਦਾ, ਤਾਂ ਲੱਖਾਂਪਤੀ ਹੋ ਜਾਵੇ, ਕਰੋੜਾਂਪਤੀ ਹੋ ਜਾਵੇ,
ਤੇ ਅਚਾਰਵੰਤ ਹੋ ਜਾਵੇ ਫਿਰ ਵੀ ਉਹ ਸਿੱਧਾ ਉਹਦੇ ਖਾਤਰ ਨਰਕ ਦੇ ਦਰਵਾਜ਼ੇ ਖੁੱਲ੍ਹੇ ਹੋਣ। ਸਾਡੇ ਸਾਰਿਆਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਸੋਹਣੇ ਹੋਈਏ, ਉੱਚੀ ਕੁਲ ਦੇ ਵਿੱਚ ਸਾਡਾ ਜਨਮ ਹੋਵੇ, ਚਤਰ ਹੋਈਏ, ਦਿਮਾਗ ਸਾਡਾ ਬਹੁਤ ਕੰਮ ਕਰਦਾ ਹੋਵੇ, ਧਨ ਸਾਡੇ ਕੋਲ ਬਹੁਤ ਹੋਵੇ, ਪਰ ਆਪਾਂ ਕਦੇ ਗੁਰੂ ਦੀ ਗੱਲ ਸੁਣਨ ਨੂੰ ਤਿਆਰ। ਪਰ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਪੰਜ ਸਿਫਤਾਂ ਮਹਾਰਾਜ ਨੇ ਦਰਸਾਈਆਂ ਨੇ, ਜੇ ਇੱਕ ਬੰਦੇ ਦੇ ਵਿੱਚ ਪੰਜ ਗੁਣ ਹੋਣ ਨਾ ਪਰ ਉਹਦੇ ਅੰਦਰ ਪਰਮੇਸ਼ਰ ਦਾ ਪਿਆਰ ਨਾ ਹੋਵੇ, ਉਹਨੂੰ ਜਿਉਂਦਾ ਨਾ ਜਾਣੇ, ਉਹ ਮੁਰਦਾ ਲਾਸ਼ ਤੋਂ ਨਿਕਲ। ਤੁਸੀਂ ਸਾਰੇ ਜਦੋਂ ਅੱਠ ਪਾਠ ਸੁਣਦੇ ਹੋ, ਵਿਦਵਾਨ ਬੈਠੇ ਹਨ, ਪੜ੍ਹਨ ਵਾਲੇ ਪਾਠ ਕਰਨ ਵਾਲੇ ਬੈਠੇ ਹਨ, ਗੁਰੂ ਪਿਆਰੇ, ਅੱਧ ਸੁੰਦਰ ਕੁਲੀਨ ਚਾਦਰ ਮੁੱਖ ਗਿਆਨੀ ਤਨਵਾਨ ਪੰਜ ਗੁਣ ਨੇ। ਅੱਧ ਸੁੰਦਰ ਕੁਲੀਨ ਉੱਚੀ ਕੁਲ ਵਾਲਾ, ਚਾਦਰ ਬਹੁਤ ਦਿਮਾਗ ਦਾ ਤੇਜ ਹੋਵੇ, ਮੁੱਖ ਗਿਆਨੀ ਮੂੰਹ ਦੇ ਮੂੰਹ ਦਾ ਜਵਾਨ ਦਾ ਇੰਨਾ ਤੇਜ਼ ਹੋਵੇ ਕਿਸੇ ਨੂੰ ਗੱਲ ਨਾ ਆਉਂਦਾ ਹੋਵੇ, ਧਨਵੰਦ ਪੈਸੇ ਦਾ ਵੀ ਉਹਦੇ ਕੋਲ ਕੋਈ ਅੰਤ ਨਹੀਂ। ਪੰਜ ਚੀਜ਼ਾਂ ਨੇ, ਪੰਜ ਚੀਜ਼ਾਂ ਰੇਅਰਲੀ ਕਿਸੇ 'ਚ ਹੁੰਦੀਆਂ। ਇਹ ਪੰਜ ਗੁਣ ਕਿਸੇ 'ਚ ਕਦੇ ਕਦੇ ਪਾ ਜਾਈ, ਜਾਂ ਤਾਂ ਧਨਵੰਦ ਹੁੰਦਾ ਬੰਦਾ ਉਹ ਸੋਹਣਾ ਵੀ ਹੁੰਦਾ, ਜਿਹੜਾ ਸੋਹਣਾ ਹੋਵੇ ਉਹਦੇ ਕੋਲ ਪੈਸਾ ਨਹੀਂ ਹੁੰਦਾ। ਜੇ ਪੈਸਾ ਵੀ ਹੋਵੇ ਸੋਹਣਾ ਵੀ ਹੋਵੇ ਫਿਰ ਉਹ ਚਤਰ ਨਹੀਂ ਹੁੰਦਾ, ਜੇ ਚਤਰ ਵੀ ਹੋਵੇ ਮੂੰਹ ਦਾ ਤਿੱਖਾ ਨਹੀਂ ਹੁੰਦਾ। ਪਰਮੇਸ਼ਰ ਕਿਸੇ ਕਿਸੇ ਨੂੰ ਇਹ ਗੁਣ ਦਿੰਦਾ, ਪਰ ਮਹਾਰਾਜ ਕਹਿੰਦੇ ਨੇ ਜੇ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੇ ਇਹ ਪੰਜ ਗੁਣ ਪਰਮੇਸ਼ਰ ਕਿਸੇ ਨੂੰ ਦੇ ਦੇਵੇ, ਜੇ ਹੋ ਜਾਣ ਕਿਸੇ ਦੇ ਵਿੱਚ, ਅੱਧ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਅਤੇ ਹਜ਼ੂਰ ਕਹਿੰਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਸੁਣਦਾ। ਜੇ ਉਹਦੇ ਹਿਰਦੇ ਵਿੱਚ ਪ੍ਰੀਤ ਨਹੀਂ ਹੈਗੀ ਨਾ ਉਹਦੇ ਹਿਰਦੇ ਅੰਦਰ, ਉਹਨੂੰ ਜਿਉਂਦਾ ਨਾ ਜਾਣੇ, ਉਹ ਤੁਰਦੀ ਫਿਰਦੀ ਲਾਸ਼ ਮਿਰਤ ਹੈ। ਜੋ ਹੁਣ ਜਾਂਦੇ ਨਾ ਡਰਨ, ਜੇ ਸੋ ਪ੍ਰੀਤ ਨਾ ਜਾਏ ਪ੍ਰੀਤਾ ਕੀਤੀ ਜੋ ਹੁਣ ਪ੍ਰੀਤ ਬਿਨ ਸੁੱਖ ਗਏ ਬੰਦਾ। ਜਵਾਨੀ ਜਾਂਦੀ ਹੈ ਸੜ ਜਵੇ ਜਵਾਨੀ, ਪਰ ਜੇ ਵਾਹਿਗੁਰੂ ਦੀ ਪ੍ਰੀਤ ਕਾਇਮ ਰਹਿੰਦੀ ਹੈ ਨਾ, ਜੇ ਜਵਾਨੀ ਜਾਂਦੀ ਹੈ ਤਾਂ ਪਈ ਚਲੀ ਜਾਵੇ, ਜੇ ਵਾਹਿਗੁਰੂ ਦੀ ਪ੍ਰੀਤ ਕਾਇਮ ਰਹਿੰਦੀ ਹੈ ਜਵਾਨੀ ਦੀ ਪ੍ਰਭਾਵ ਹੋਈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜਵਾਨ ਫਰੀਦ ਤੋਂ ਬਿਨਾਂ ਕਿੰਨੇ ਹੀ ਜੋ ਧਰਤੀ ਦੇ ਉੱਤੇ ਸੜ ਸੜ ਕੇ ਮੁੱਕ ਗਏ। ਕੌਣ ਪੁੱਛਦਾ ਹੈ ਗਿਣਤੀ ਹੋਈ ਨੀ, ਇੰਨੇ ਲੋਕ ਮਰ ਗਏ ਵਾਹਿਗੁਰੂ ਦੀ ਫਰੀਦ ਤੋਂ ਬਿਨਾਂ, ਲਾਸ਼ਾਂ ਦੇ ਢੇਰਾਂ ਦੇ ਢੇਰ ਨੇ ਕੌਣ ਪੁੱਛਣ ਵਾਲਾ। ਜੋ ਸਤਸੰਗ ਦੇ ਇਹਨਾਂ ਗੱਲਾਂ ਨੂੰ ਆਪਾਂ ਯਾਦ ਰੱਖੀਏ, ਜੇ ਬਾਣੀ ਨਾਲ ਜੁੜੇ ਰਹੇਗੇ, ਆਉਣ ਵਾਲੀ ਕੌਮ ਦਾ, ਆਉਣ ਵਾਲੀ ਪੀੜ੍ਹੀ ਦਾ ਮੋਹ ਮਹਾਂਦਰਾ ਤੁਹਾਡੇ ਸਾਹਮਣੇ ਹੋਵੇ। ਜੇ ਬਾਣੀ ਛੱਡ ਦਿੱਤੀ, ਗੁਰੂ ਦਾ ਕਹਿਆ ਹੋਇਆ ਚਿੱਤ ਤੋਂ ਵਿਸਾਰ ਦਿੱਤਾ, ਆਉਣ ਵਾਲਾ ਸਮਾਂ ਜਿਹੜਾ, ਇਹ ਜਿਹੜੇ ਫੈਕਟ ਤੁਹਾਨੂੰ ਦੱਸੇ ਨੇ, ਆਉਣ ਵਾਲਾ ਸਮਾਂ, ਆਉਣ ਵਾਲਾ ਨੌਜਵਾਨ ਪੀੜ੍ਹੀ, ਕੁੜੀਆਂ ਮੁੰਡੇ ਨੇ ਜਿਹੜੇ, ਇਹਨਾਂ ਦਾ ਕੀ ਹਾਲ ਹੋਵੇਗਾ, ਇਸ ਤੋਂ ਤੁਸੀਂ ਅੰਦਾਜ਼ਾ ਲਾ। ਸਤਿਗੁਰੂ ਮਿਹਰਾ ਕਰੇ, ਗੱਲਾਂ ਕੌੜੀਆਂ ਨੇ ਪਰ ਅਸੀਂ ਸਿਰਫ ਖੁਸ਼ਾਮਦ ਨਹੀਂ ਕਰਦੇ, ਗੁਰੂ ਕੇ ਦਰਬਾਰ ਵਿੱਚ ਸਾਨੂੰ ਵੀ ਦੇਖਾ ਦੇਣਾ। ਸਤਿਗੁਰੂ ਮਿਹਰਾ ਕਰਨ, ਇਹ ਸੱਚ ਹੈ ਜਿਹੜਾ, ਇਹ ਆਪਣਾ ਆਪਣੇ ਕੰਨਾਂ ਨੂੰ ਸੁਣਨ ਦੀ ਆਦਤ ਪਾਈ। ਸੱਚ ਸਮਝਣਾ ਹੋਏ ਦਾਰੂ ਪਾਪ ਕੱਢਣ ਤੋਂ, ਇਹ ਪਾਪ ਕੱਢ ਕੇ ਦਾਰੂ ਵੜ ਕੇ ਰਾਜ ਕਰੇਗਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੋ ਸਮੁੰਦਰ ਹਨ ਸੁੱਖਾਂ ਦਾ, ਉਪਦੇਸ਼ ਦਾ, ਗਿਆਨ ਦਾ, ਉਹ ਸਾਡੇ ਹਿਰਦੇ ਅੰਦਰ ਵਸਣ। ਉਹਨਾਂ ਮਤੀਆਂ ਦੀ ਖਿਮਾ ਆਪ ਬੁਲਾ ਕੇ ਆਸ ਕਰਾਂਗੇ ਗੁਰੂ ਚਰਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।